ਸਰਦਾਰ ਜਰਨੈਲ ਸਿੰਘ ਜੀ ਸਮਾਜ ਦੇ ਅਜਿਹੇ ਇਨਸਾਨਾਂ ਵਿੱਚੋਂ ਸਨ ਜਿਹੜੇ ਹਮੇਸ਼ਾ ਹੀ ਦੁਨੀਆਂ ਦੇ ਦਿਲਾਂ ਵਿੱਚ ਵਸਦੇ ਰਹਿੰਦੇ ਹਨ, ਚਾਹੇ ਇਸ ਸੰਸਾਰ ਤੇ ਰਹਿਣ ਚਾਹੇ ਇਸ ਸੰਸਾਰ ਤੋਂ ਚਲੇ ਜਾਣ। ਆਪ ਜੀ ਬਹੁਤ ਹੀ ਨੇਕ ਦਿਲ ਇਨਸਾਨ ਸਨ ਅਤੇ ਹਰ ਸਮੇਂ ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਸਨ। ਆਪ ਜੀ ਬਹੁਤ ਹੀ ਮਿਹਨਤੀ ਇਨਸਾਨ ਸਨ ਅਤੇ ਆਪ ਜੀ ਨੇ ਆਪਣੀ ਅਣਥੱਕ ਮਿਹਨਤ ਸਦਕਾ ਆਪਣੇ ਕਾਰੋਬਾਰ ਵਿੱਚ ਤਰੱਕੀ ਹਾਸਲ ਕੀਤੀ ਅਤੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੇ ਕਾਰੋਬਾਰ ਵਿੱਚ ਲਗਾਇਆ। ਸਰਦਾਰ ਜਰਨੈਲ ਸਿੰਘ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਪਿੰਡ ਲਤੀਫਪੁਰ ਤਹਿਸੀਲ ਮੁਕੇਰੀਆਂ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸਖਸ਼ੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਜਿਨ੍ਹਾਂ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਕਿ ਅੱਜ ਅਸੀਂ ਉਹਨਾਂ ਨੂੰ ਕਹਿਣਾ ਸੀ, ਬੱਚਿਆਂ ਨੂੰ ਗੁਰੂ ਇਤਿਹਾਸ ਤੇ ਗੁਰਬਾਣੀ ਤੇ ਸਿੱਖ ਇਤਿਹਾਸ ਦੀਆਂ ਅਸੀਂ ਮਿਸਾਲਾਂ ਦੇ ਕੇ ਸਾਰੇ ਬੁਲਾਰਿਆਂ ਨੇ, ਪਿਆਰਿਆਂ ਨੇ, ਸਤਿਕਾਰਿਆਂ ਨੇ, ਵੱਡਿਆਂ ਨੇ, ਛੋਟਿਆਂ ਨੇ, ਅੱਜ ਉਹਨਾਂ ਨੂੰ ਹੌਸਲਾ ਦੇਣ ਲਈ ਕਹਿਣਾ ਸੀ। ਤੇ ਭਾਈ ਗੁਰਵਿੰਦਰ ਸਿੰਘ ਤੇ ਭਾਈ ਗੋਬਿੰਦਰ ਸਿੰਘ ਉਹ ਦੋਵੇਂ ਵੀਰਿਆਂ ਨੇ ਆਪਣੇ ਪਿਤਾ ਜੀ ਨੂੰ ਗੁਰਬਾਣੀ ਦਾ ਸ਼ਬਦ ਪੜ੍ਹ ਕੇ ਇਹ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਹ ਹੋਰ ਵੀ ਤਸੱਲੀ ਵਾਲੀ ਗੱਲ ਹੈ ਤੇ ਪਰਖਣ ਗੱਲ ਹੈ, ਸਾਡੇ ਗੁਰਮਤ ਵਿੱਚ ਥਾਂ ਤੇ ਇਹੀ ਚਾਹੀਦਾ, ਪਰ ਅਸੀਂ ਸੰਸਾਰੀ ਹੈ। ਜਿਹੜਾ ਸੱਚਾ ਸੁੱਚਾ ਅਤੇ ਸੰਤੋਖ ਵਾਲਾ ਇਨਸਾਨ ਸਰਦਾਰ ਜਰਨੈਲ ਸਿੰਘ ਨੂੰ ਮੈਂ ਦੇਖਿਆ ਜ਼ਿੰਦਗੀ ਦੇ ਵਿੱਚ, ਸ਼ਾਇਦ ਹੀ ਕਿਤੇ ਕੋਈ ਹੋਰ ਇਨਸਾਨ ਮੈਨੂੰ ਇੱਦਾਂ ਦਾ ਲਿਆ ਹੋਵੇ। ਹਰ ਮੁਸਲਮ ਨੂੰ ਆਪਣਾ ਦੁੱਖ ਸਮਝਣਾ, ਹਰ ਮੁਸ਼ਕਲ ਨੂੰ ਆਪਣੀ ਮੁਸ਼ਕਲ ਸਮਝ ਲੈਣਾ, ਹਰ ਇੱਕ ਦੇ ਨਾਲ ਔਖੇ ਸੌਖੇ ਮਿਲੇ, ਜਦੋਂ ਵੀ ਕਿਤੇ ਲੋੜ ਪਈ ਉਹਨਾਂ ਨੇ, ਕਿਉਂਕਿ ਇਲਾਕੇ ਵਾਲੇ ਤੇ ਜਾਣ
ਕਿ ਪਰਿਵਾਰ ਦਾ ਸੋਕਟ ਵੀ ਬਹੁਤ ਵਧੀਆ ਹੈ। ਸਤਿਕਾਰਯੋਗ ਸਾਡੇ ਭੈਣ ਜੀ ਔਰ ਪਰਮਾਤਮਾ ਨੇ, ਮੈਂ ਕਹਿੰਦਾ ਲੋਕ ਕਰਮਾਂ ਵਾਲੇ ਹੁੰਦੇ ਨੇ, ਜਿਵੇਂ ਤਾਂ ਜੀਵਨ ਸਾਥੀ ਉਹਨਾਂ ਨੂੰ ਮਿਲਿਆ, ਉਹ ਬੱਚੇ ਵੀ ਭਾਗਾਂ ਵਾਲੇ ਹੁੰਦੇ ਨੇ ਜਿਹਨਾਂ ਨੂੰ ਪਿਓ ਇਹਦਾ ਦਾ ਮਿਲਿਆ, ਬਹੁਤ ਸਾਰੇ ਭੋਗਾਂ ਦੇ ਨਾਲ ਦਾ ਮੌਕਾ ਮਿਲਦਾ। ਉੱਥੇ ਸ਼ਰਧਾਂਜਲੀਆਂ ਦੇਣ ਵਾਲੇ ਜਿੱਦਾਂ ਭਾਈ ਸਾਹਿਬ ਦੱਸ ਕੇ ਗਏ ਨੇ, ਬਹੁਤ ਕੁਝ ਕਹਿੰਦੇ ਨੇ, ਪਰ ਆਪਣੇ ਪਿਤਾ ਦੇ ਭੋਗ ਤੇ ਕੋਈ ਬੱਚੇ ਕੀਰਤਨ ਕਰਦੇ ਹੋਣਗੇ, ਕੋਈ ਵੱਡੀ ਸੰਤੋਖ ਤੇ ਸਫਰ ਵਾਲੀ ਕੋਈ ਹੋਰ ਗੱਲ ਨਹੀਂ ਹੁੰਦੀ। ਉਹੀ ਤੋਂ ਪੱਥਰੋਂ ਦੀ ਤਕਦੀਰ ਵੀ ਲਿਖਦਾ ਹੋਗਾ, ਕਿਸ ਕੋ ਭਗਵਾਨ ਬਣਨਾ ਹੈ ਔਰ ਕਿਸ ਕੋ ਠੋਕਰੇ ਖਾਣੀ। ਜਿਹੜੇ ਪੱਥਰ ਦੀ ਸੇਲ ਜਿਹੜੀ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਜਿੱਥੇ ਵਿਰਾਜਮਾਨ ਨੇ ਇੱਥੇ ਲੱਗ ਗਏ, ਦੋਨੋਂ ਸਾਰੇ ਜਿਹੜੇ ਮੱਥਾ ਟੇਕੀ ਜਾਂਦੇ ਆ, ਜਿਹੜਾ ਬਾਹਰ ਪੈਰਾਂ ਦੀ ਵੱਜ ਵੱਜ ਕੇ ਟੇਡੇ ਖਾਈ ਜਾਂਦਾ, ਉਹ ਪੱਥਰ, ਉਹ ਵੀ ਪੱਥਰ ਹੀ ਪੱਥਰ। ਤੋ ਇਨਸਾਨਾਂ ਦੀ ਕਿਸਮਤ ਹੈ ਹੀ ਹੈ, ਵਾਹਿਗੁਰੂ ਨੇ ਪੱਥਰਾਂ ਦੀ ਕਿਸਮਤ ਵੀ ਵੱਖਰੀ ਵੱਖਰੀ ਲਿਖ ਦਿੱਤੀ ਹੈ। ਅੰਗਰੇਜ਼ੀ ਦਾ ਵਾਕ ਹੈ, ਨੈਪੋਲੀਅਨ ਨੇ ਲਿਖਿਆ, ਉਹ ਕਹਿੰਦਾ ਇਟ ਇਜ਼ ਬਿਕੌਜ਼ ਨੋਟ ਮੇਡ ਟੂ ਦੀ ਡੈਪਥ ਦੈਟ ਮੇਕਸ ਵਨ ਮਾਰਟਲ। ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਦੀ ਮੌਤ ਹੋਏ ਅਤੇ ਉਹ ਸ਼ਹੀਦ ਹੁੰਦਾ, ਗੋਲੀ ਲੱਗ ਗਈ, ਬੰਬ ਲੱਗ ਗਿਆ ਅਤੇ ਉਹ ਸ਼ਹੀਦ ਹੋ ਗਿਆ, ਨਹੀਂ। ਇਹਦੇ ਪਿੱਛੇ ਇਟ ਇਜ਼ ਦਾ ਕੌਜ਼, ਇਹ ਇੱਕ ਆਦਰਸ਼ ਹੁੰਦਾ ਹੈ ਕਿ ਉਹਨੇ ਆਪਣੇ ਜੀਵਨ ਨੂੰ ਕਿਵੇਂ ਜੀਵਿਆ ਅਤੇ ਜੀਵਨ ਨੂੰ ਜੀਵਦਿਆਂ ਉਹਦਾ ਉੱਚਾ ਅਤੇ ਸੁੱਚਾ ਆਦਰਸ਼ ਕੀ ਸੀ। ਉਹ ਆਦਰਸ਼ ਹੀ ਉਹਨੂੰ ਕਦੀ ਜਿੰਦਾ ਸ਼ਹੀਦ ਕਰਦਾ ਹੈ ਅਤੇ ਕਦੀ ਉਹਨੂੰ ਮੌਤ ਤੋਂ ਬਾਅਦ ਸ਼ਹੀਦ ਕਰਦਾ। ਸਾਡੇ ਪਿੰਡ ਵਿੱਚ ਵੀ ਘਾਟਾ ਪਿਆ, ਧਾਰਮਿਕ ਖੇਤਰ ਵਿੱਚ ਵੀ ਘਾਟਾ ਪਿਆ, ਸਮਾਜਿਕ ਖੇਤਰ ਵਿੱਚ ਵੀ ਘਾਟਾ ਪਿਆ, ਰਾਜਨੀਤਿਕ ਖੇਤਰ ਵਿੱਚ ਵੀ ਘਾਟਾ ਪਿਆ। ਕੋਈ ਵਿਅਕਤੀ ਨਾ ਸਾਰੇ ਕਾਰਜਾਂ ਦੇ ਵਿੱਚ ਡਿਊਟੀ ਕਰ ਸਕਦਾ ਹੋਵੇ, ਸਾਰੀਆਂ ਡਿਊਟੀਆਂ ਨੂੰ ਨਿਭਾ ਸਕਦਾ ਹੋਵੇ, ਇਹ ਭਾਈ ਜਗਨਨਾਥ ਸਿੰਘ ਦੇ ਹਿੱਸੇ ਵਿੱਚ ਆਇਆ। ਜਿੱਦਾਂ ਜਗਨਨਾਥ ਸਿੰਘ ਨੇ ਆਪਣੀ ਜ਼ਿੰਦਗੀ 'ਚ ਜੀਵਨ ਬਤੀਤ ਕੀਤਾ, ਭਾਈ ਸਾਹਿਬ ਦੱਸਣਗੇ ਜਦੋਂ ਅਸੀਂ ਇਹਨਾਂ ਨੂੰ ਸਾਰੀ ਸ਼ੁਰੂ ਕੀਤੀ ਹੈ, ਲਾ ਕੇ ਬਹੁਤ ਖੁਸ਼ੀ ਦੀ ਲਹਿਰ, ਇੱਕ ਸਿੱਖੀ ਦਾ ਭਵਨ ਸਾਰਿਆਂ ਜਾ ਰਿਹਾ ਸਹਿਯੋਗ ਦੇ ਉੱਤੇ। ਜਿੰਨੇ ਵੀ ਸੱਜਣ ਬੈਠੇ ਰਿਸ਼ਤੇਦਾਰ ਬੈਠੇ ਆ, ਸਾਧ ਸੰਗਤੀ ਲਾ ਕੇ ਲੋਕ ਬੈਠੇ ਆ, ਸਾਰਿਆਂ ਨੇ ਤੁਹਾਨੂੰ ਜਿੰਨੇ ਲੋਕਾਂ ਨੇ ਸਹਿਯੋਗ ਦਿੱਤਾ, ਭਾਈ ਗਰੀਬ ਸਿੰਘ ਜੀ, ਜਗਨਨਾਥ ਸਿੰਘ ਜੀ ਪ੍ਰਿੰਸੀਪਲ ਸਾਹਿਬ ਬੈਠੇ ਨੇ, ਇਹਨਾਂ ਨੇ ਗਾਜੇ ਬੁਲਾਏ ਜਦੋਂ ਵੀ ਸਾਨੂੰ ਕੋਈ ਡਿਊਟੀ ਲਾਈ, ਅਸੀਂ ਕੋਸ਼ਿਸ਼ ਕੀਤੀ ਕਿ ਪੂਰੀ ਕੀਤੀ ਜਾ ਸਕੇ। ਉਹ ਕਈ ਵਾਰ ਉਹਨਾਂ ਨਾਲ ਬਹਿਣ ਉਠਣ ਦਾ ਮੌਕਾ ਮਿਲਣਾ, ਔਰ ਉਹਨਾਂ ਦੇ ਵਿਚਾਰ ਸੁਣਨੇ ਤੇ ਕਈ ਵਾਰ ਉਹਨਾਂ ਮਨ ਵਿੱਚ ਸੋਚਣਾ ਕਿ ਸਾਡੇ ਪ੍ਰਿਥਵੀ ਪਰਮਾਤਮਾ ਇਹੋ ਜਿਹੀ ਨੂੰ ਪਾਵੇ ਤੇ ਅਸੀਂ ਵੀ ਉਹਨਾਂ ਨੂੰ ਅੱਗੇ ਹੋ ਸਕੀਏ। ਤੇ ਬਹੁਤ ਘੱਟ ਇਨਸਾਨ ਬੰਦਿਆਂ ਤੋਂ ਹੁੰਦੇ ਨੇ ਕਿ ਜਿਹਨਾਂ ਨੂੰ ਲੰਬੇ ਸਮੇਂ ਤੱਕ ਉਹਨਾਂ ਦੀਆਂ ਕੀਤੀਆਂ ਸੇਵਾਵਾਂ ਬਦਲੇ ਯਾਦ ਕੀਤਾ ਜਾਂਦਾ। ਪਾਣੀ ਘੱਟ ਨਹੀਂ ਹੈ ਕੈਂਸਰ ਲਈ, ਭਾਵੇਂ ਜਿੰਨਾ ਮਰਜ਼ੀ ਪ੍ਰਦੂਸ਼ਣ ਹੋਵੇ, ਕਿਉਂਕਿ ਪਾਣੀ ਵਿੱਚ ਆਕਸੀਜਨ ਹੈ, ਜਿਸ ਖੀਰ ਵਿੱਚ ਆਕਸੀਜਨ ਹੈ ਉਹ ਸਾਨੂੰ ਜੀਵਨ ਦਿੰਦੀ ਹੈ, ਉਹ ਕੈਂਸਰ ਨੂੰ ਪਰੇ ਪਜਾਉਂਦੀ ਹੈ, ਕੈਂਸਰ ਦੇ ਸੈੱਲ ਉਤਪੰਨ ਹੋਣ ਦਿੰਦੀ, ਕੈਂਸਰ ਨੂੰ ਕੀ ਖਰਾਬ ਕਰ ਰਿਹਾ ਅੱਜ ਕੱਲ੍ਹ ਦਾ ਸਾਡਾ ਖਾਣਾ, ਮਿਲਿਓ ਚੀਜ਼ਾਂ ਹੱਥਾਂ ਨਾਲ ਬਣੀਆਂ ਹੋਈਆਂ, ਪੈਸਟੀਸਾਈਡ ਨਾਲ ਬਣੀਆਂ ਚੀਜ਼ਾਂ ਜਿਹੜੀਆਂ ਖਾ ਰਹੇ ਹਨ, ਉਹਨਾਂ ਨੂੰ ਧੋਵੋ, ਦੋ ਦੋ ਘੰਟੇ ਧੋ ਕੇ ਫਿਰ ਉਹਨਾਂ ਨੂੰ ਇਸਤੇਮਾਲ ਕਰੋ। ਦੂਸਰਾ, ਜਦੋਂ ਕੋਈ ਦੁੱਖ ਸੁੱਖ ਦੀ ਗੱਲ ਹੁੰਦੀ ਆ, ਅਸੀਂ ਗਲਾਸ ਦਿੱਤੇ ਗਲਾਸਾਂ ਵਿੱਚ ਚਾਹ ਬਣਾਉਂਦੇ ਹਾਂ, ਜਾਂ ਕਈ ਵਾਰੀ ਘਰ ਵਾਲੇ ਕਹਿੰਦੇ ਵੀ ਤੁਸੀਂ ਬਾਜ਼ਾਰੋਂ ਆਉਂਦੇ ਹੋ, ਗਰਮ ਗਰਮ ਉੱਥੋਂ ਦਾਲ ਮੱਖਣੀ ਲੈ ਆਉਂਦੇ ਹਾਂ, ਕੋਈ ਸਬਜ਼ੀ ਲੈ ਆਓ, ਅਸੀਂ ਪਲਾਸਟਿਕ ਦੇ ਲਫਾਫੇ ਵਿੱਚ ਲੈ ਕੇ ਆਉਂਦੇ ਹਾਂ, ਉਹ ਜਿਹੜਾ ਰਸਾਇਣ ਜਿਹੜਾ ਹੈਗਾ ਪਲਾਸਟਿਕ ਦਾ ਰਸਾਇਣ, ਉਹ ਵੀ ਚਾਹੁੰਦਾ ਇਹ ਚੀਜ਼ਾਂ ਨੇ ਸਾਨੂੰ ਬਰਬਾਦ ਕਰ ਦਿੱਤਾ, ਆਪਣੇ ਜੀਵਨ ਵਿੱਚੋਂ ਇਹਨਾਂ ਨੂੰ ਪਰੇ ਕਰ ਦਿਓ। ਅਤੇ ਜਿਹੜੇ ਮੇਰੇ ਵੀ ਇੱਥੇ ਬੈਠੇ ਜਿਹੜੇ ਅਮੀਰਜ਼ਾਦੇ ਨੇ ਜ਼ਿਆਦਾ, ਜਿਹਨਾਂ ਨੂੰ ਜ਼ਿਆਦਾ ਪੈਸਾ, ਅਸੀਂ ਮਾਈਕਰੋਵੇਵ ਲੈ ਆਉਂਦੇ ਹਾਂ, ਪਲਾਸਟਿਕ ਦੀਆਂ ਕੋਲੀਆਂ ਵਿੱਚ ਚੀਜ਼ਾਂ ਗਰਮ ਕਰਦੇ ਹਾਂ, ਉਹ ਵੀ ਕੈਂਸਰ ਨੂੰ ਕ੍ਰੀਏਟ ਕਰਦੀਆਂ, ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ। ਇੱਕ ਗੱਲ ਦੇ ਵਿੱਚ ਹੀ ਮੈਂ ਗੱਲ ਸਾਰੀ ਜਿਹੜੀ ਸਮਾਪਤ ਕਰਨੀ ਚਾਹੁੰਦਾ, ਸਿੱਖੀ ਦਾ ਰੋਲ ਮਾਡਲ ਜੇ ਕਿਸੇ ਨੇ ਸਮਝਣਾ ਸਿੱਖੀ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਸ ਤਰ੍ਹਾਂ ਆਪਾਂ ਇਸ ਜੀਵਨ ਸਿੱਖੀ ਨੂੰ ਹਟਾ ਸਕਦੇ ਹਾਂ, ਤਾਂ ਉਹ ਸਰਦਾਰ ਜਗਨਨਾਥ